ਜਦੋਂ ਆਪਾਂ ਬੀਜੇਪੀ ਨਾਲ ਸਮਝੌਤਾ ਕਰਿਆ ਉਦੋਂ ਇਹਨਾਂ ਨੂੰ ਪੁੱਛਿਆ ਵੀ ਭਾਈ ਅਸੀਂ ਤੁਹਾਡੇ ਚੁਣੇ ਹੋਏ ਨੁਮਾਇੰਦੇ ਸੀ ਜੀ ਤੁਸੀਂ ਲਹਿਰੇ ਕਾਕੇ ਤੋਂ ਵੀ ਚੁਣੇ ਹੋਏ ਨੁਮਾਇੰਦੇ ਹੋ ਭਾਈ ਲੋਕਾਂ ਦੀ ਰਾਏ ਮੰਗਦਾ ਮੈਂ ਬੀਜੇਪੀ 'ਚ ਜਾਵਾਂ ਜਾਂ ਨਾ ਜਾਵਾਂ ਕਿਸੇ ਨੂੰ ਪੁੱਛੇ ਉਹਨਾਂ ਨਾਲ ਮੰਗਾਂ ਰੱਖ ਕੇ ਉਹਨਾਂ 'ਤੇ ਵਿਸ਼ਵਾਸ ਕਰ ਲਿਆ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਕਰੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਸਾਡੇ ਨਾਲ ਤਾਂ 2014 'ਚ 15 ਲੱਖ ਰੁਪਇਆ ਹਰੇਕ ਦੇ ਖਾਤੇ 'ਚ ਆਊਗਾ ਠੀਕ ਹੈ ਜੀ ਹਰ ਘਰ ਦੇ ਵਿੱਚ ਰੁਜ਼ਗਾਰ ਮਿਲੂਗਾ ਠੀਕ ਹੈ ਜੀ ਕਾਲਾ ਧਨ ਵਾਪਸ ਲਿਆਵਾਂਗੇ ਜਦੋਂ ਉਹ ਨਹੀਂ ਅਸੀਂ ਉਹਨਾਂ 'ਤੇ ਵਿਸ਼ਵਾਸ ਕੀ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਉਹ ਅਜੇ ਤੱਕ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਗੱਠਜੋੜ ਦੇ ਰੂਪ ਦੇ ਵਿੱਚ ਚੋਣਾਂ ਲੜ ਰਹੇ ਨੇ ਇਸ ਗੱਠਜੋੜ ਦੇ ਹਲਕਾ ਲਹਿਰਾ ਗਾਗਾ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਜਦੋਂ ਹਲਕੇ ਦੇ ਪਿੰਡ ਸੇਖੂਵਾਸ ਵਿਖੇ ਪ੍ਰਚਾਰ ਕਰਨ ਲਈ ਪਹੁੰਚੇ ਤਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਤਿੱਖੇ ਸਵਾਲ ਕੀਤੇ ਗਏ ਪਿੰਡ ਦੇ ਲੋਕਾਂ ਨੇ ਸਵਾਲ ਕੀਤਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ 2014 ਲੋਕ ਸਭਾ ਚੋਣਾਂ ਵੇਲੇ ਲੋਕਾਂ ਦੇ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਇਸ ਗੱਠਜੋੜ 'ਤੇ ਵਿਸ਼ਵਾਸ ਕਿਵੇਂ ਕਰਨ ਜਿਹੜੇ ਕਰਜ਼ੇ ਮਾਫ ਨੇ ਉਹ ਸੈਂਟਰ ਤੋਂ ਕਰਾਵਾਂਗੇ ਠੀਕ ਹੈ ਅਸੀਂ ਉਹਨਾਂ ਤੋਂ ਪਵਾਇਆ ਇੱਕ ਤੁਸੀਂ ਗੱਲ ਤੁਸੀਂ ਉਹਨਾਂ 'ਤੇ ਵਿਸ਼ਵਾਸ ਕਰ ਲਿਆ ਉਹਨਾਂ ਨਾਲ ਮੰਗਾਂ ਰੱਖ ਕੇ ਉਹਨਾਂ 'ਤੇ ਵਿਸ਼ਵਾਸ ਕਰ ਲਿਆ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਕਰੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਸਾਡੇ ਨਾਲ ਤਾਂ 2014 'ਚ 15 ਲੱਖ ਰੁਪਇਆ ਹਰੇਕ ਦੇ ਖਾਤੇ 'ਚ ਆਊਗਾ ਠੀਕ ਹੈ ਜੀ ਹਰ ਘਰ ਦੇ ਵਿੱਚ ਰੁਜ਼ਗਾਰ ਮਿਲੂਗਾ ਠੀਕ ਹੈ ਜੀ ਕਾਲਾ ਧਨ ਵਾਪਸ ਲਿਆਵਾਂਗੇ ਜਦੋਂ ਉਹ ਨਹੀਂ ਅਸੀਂ ਉਹਨਾਂ 'ਤੇ ਵਿਸ਼ਵਾਸ ਕੀ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਉਹ ਅਜੇ ਤੱਕ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ ਤੁਸੀਂ ਕਹਿੰਦੇ ਹੋ ਵੀ ਅਸੀਂ ਉਹਨਾਂ 'ਤੇ ਵਿਸ਼ਵਾਸ ਕਰਕੇ ਉਹਨਾਂ ਨਾਲ ਸਮਝੌਤਾ ਕਰ ਲਿਆ ਵੀ ਆਹ ਸਾਡੀਆਂ ਮੰਗਾਂ ਨੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਅਤੇ ਨੰਬਰ ਇੱਕ ਹੋਰ ਜੀ ਜਦੋਂ ਤੁਸੀਂ ਉਹਨਾਂ ਨਾਲ ਸਮਝੌਤਾ ਕਰਿਆ ਬੀਜੇਪੀ ਨਾਲ ਗੱਠਜੋੜ ਕਰਿਆ ਅੱਜ ਇਹ ਲੋਕਾਂ ਤੋਂ ਆਪਾਂ ਵੋਟਾਂ ਮੰਗਣ ਆਇਆ ਪਿੰਡ ਦੇ ਲੋਕਾਂ ਤੋਂ ਜਾਂ ਸਾਰੇ ਪਿੰਡਾਂ ਦੇ ਵਿੱਚ ਵੋਟਾਂ ਮੰਗ ਰਹੇ ਹਾਂ ਕਿ ਵੋਟਾਂ ਮੰਗਣ ਵੇਲੇ ਆਪਾਂ ਆ ਗਏ ਇਹਨਾਂ ਦੀ ਕਚਹਿਰੀ ਦੇ ਵਿੱਚ ਜਦੋਂ ਆਪਾਂ ਬੀਜੇਪੀ ਨਾਲ ਸਮਝੌਤਾ ਕਰਿਆ ਉਦੋਂ ਇਹਨਾਂ ਨੂੰ ਪੁੱਛਿਆ ਵੀ ਭਾਈ ਅਸੀਂ ਤੁਹਾਡੇ ਚੁਣੇ ਹੋਏ ਨੁਮਾਇੰਦੇ ਸੀ ਜੀ ਤੁਸੀਂ ਲਹਿਰੇ ਕਾਕੇ ਤੋਂ ਵੀ ਚੁਣੇ ਹੋਏ ਨੁਮਾਇੰਦੇ ਹੋ ਭਾਈ ਲੋਕਾਂ ਦੀ ਰਾਏ ਮੰਗਦਾ ਮੈਂ ਬੀਜੇਪੀ 'ਚ ਜਾਵਾਂ ਜਾਂ ਨਾ ਜਾਵਾਂ ਕਿਸੇ ਨੂੰ ਪੁੱਛਿਆ ਜੇ ਪੁੱਛਿਆ ਤਾਂ ਸਾਰੀ ਪਾਰਟੀ ਦੇ ਵਿੱਚ ਅਸੀਂ ਡਿਸਕਸ ਕਰਕੇ ਕੀਤਾ ਦੂਜੀ ਗੱਲ ਜਿਹੜਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਵੀ ਇਹਨਾਂ ਦਾ ਤੁਹਾਨੂੰ ਕਿਵੇਂ ਵਿਸ਼ਵਾਸ ਕਰ ਸਕਦੇ ਹੋ ਅਸੀਂ ਤਾਂ ਸਾਲ ਦਾ ਸਮਾਂ ਦਿੰਦੇ ਹਾਂ ਉਹਨਾਂ ਤੋਂ ਅਸੀਂ ਤਾਂ ਇਹ ਨਹੀਂ ਕਿਹਾ ਵੀ ਪੱਕਾ ਅਸੀਂ ਕਿਹਾ ਵੀ ਸਾਲ ਦੇ ਵਿੱਚ ਪੂਰਾ ਕਰੋ ਸਾਨੂੰ ਵੀ 5 ਸਾਲ ਦਾ ਦਿੱਤਾ ਸੀ ਅੱਜ 8 ਸਾਲ ਹੋ ਗਏ ਦੇਖੋ ਮੇਰੀ ਗੱਲ ਸੁਣੋ ਅਸ ਤਾਂ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਤਾਂ ਪਿਛਲਿਆਂ ਦਾ ਤਾਂ ਅਸੀਂ ਉਹਨਾਂ ਜਦੋਂ ਵਿਸ਼ਵਾਸ ਉਹਨਾਂ 'ਤੇ ਕਰੀਏ ਕੀ ਜਦੋਂ ਪਹਿਲਾਂ ਵਿਸ਼ਵਾਸ ਤੋਂ ਭੱਜ ਗਏ ਦੇਖੋ ਉਹਨਾਂ ਨੇ ਜਸ ਗੱਲ ਤਾਂ ਬੈਠ ਕੇ ਭਰੋਸਾ ਦਵਾਇਆ ਅਸੀਂ ਤਾਂ ਬੈਠ ਕੇ ਸਾਰਾ ਖੜ ਕੇ ਦੇਖੋ ਅਸੀਂ ਵਿਸ਼ਵਾਸ ਯਾਰ ਗੱਲ ਸੁਣਨਾ ਹੁਣ ਤੁਹਾਡੀ ਵਾਲੀ ਗੱਲ ਸਹਿਬ ਅਸੀਂ ਆਪ ਅਸੀਂ ਵਿਸ਼ਵਾਸ ਕੀਤਾ ਤਾਂ ਅਸੀਂ ਕੁਛ ਲਵਾਂਗੇ ਅਸੀਂ ਗੱਲ ਸੁਣੋ ਜੇ ਵਿਸ਼ਵਾਸ ਉਹਨਾਂ ਤੋਂ ਕਰਾਇਆ ਮੈਨੀਫੈਸਟੋ 'ਚ ਵੀ ਪਵਾਇਆ ਦੂਜੀ ਗੱਲ ਉਹਨਾਂ ਤੋਂ ਅੱਠਬੰਦੀ ਸਿੰਘਾਂ ਦਾ ਅਸੀਂ ਚਿੱਠੀ ਵੀ ਕਢਵਾਤੀ ਸੂਬਿਆਂ ਨੂੰ ਵੀ ਜੀ ਇਹ ਬੰਦੀ ਸਿੰਘ ਜੇ ਰਿਹਾਅ ਕਰਦੇ ਹੋ 4 ਰਾਜਸਥਾਨ 'ਚ ਨੇ 2 ਦਿੱਲੀ 'ਚ ਨੇ ਵੀ ਇਹਨਾਂ ਨੂੰ ਜੇ ਸਰਕਾਰਾਂ ਰਿਲੀਜ਼ ਕਰਦੀਆਂ ਰਿਮਿਟ ਕਰਦੀਆਂ ਉਹਨਾਂ ਦੀ ਸੈਂਟੈਂਸ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਸ਼ੁਰੂਆਤ ਕੀਤੀ ਉਹਨਾਂ ਤੋਂ ਜੇ ਲਿਖਵਾ ਤਾ ਬਾਕੀ ਜਿਹੜੇ ਰਹਿ ਗਏ ਨੇ 8 ਤੋਂ 14 ਉਹਨਾਂ ਦਾ ਵੀ ਅਸੀਂ ਕਰਵਾਵਾਂਗੇ ਸੋ ਹੋਰ ਕਿੰਨੇ ਹੀ ਮੁੱਦੇ ਨੇ ਗਰੀਬਾਂ ਦੀ ਘਰਾਂ ਵਾਸਤੇ ਅਸੀਂ ਕਰਵਾਇਆ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੇ ਆ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਵਾਲ ਕੀਤਾ ਕਿ ਜਦੋਂ ਸੰਯੁਕਤ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕੀਤਾ ਸੀ ਤਾਂ ਹਲਕੇ ਦੇ ਲੋਕਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਪਰਮਿੰਦਰ ਸਿੰਘ ਢੀਂਡਸਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਦੁਆਰਾ 8 ਬੰਦੀ ਸਿੰਘਾਂ ਦੀ ਰਿਹਾਈ ਦਾ ਅਧਿਕਾਰ ਸੂਬਾ ਸਰਕਾਰਾਂ ਨੂੰ ਦੇਣ ਦੇ ਲਈ ਚਿੱਠੀ ਲਿਖਵਾਈ ਗਈ ਸੀ ਅਤੇ ਰਹਿੰਦੇ 14 ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਉਹ ਕੇਂਦਰ ਤੋਂ ਬਹੁਤ ਜਲਦੀ ਹੱਲ ਕਰਵਾ ਲੈਣਗੇ ਅਤੇ ਲੋਕਾਂ ਦੇ ਨਾਲ ਕੀਤੇ ਜਾ ਰਹੇ ਹੋਰ ਵਾਅਦੇ ਵੀ ਇਸ ਗੱਠਜੋੜ ਵੱਲੋਂ ਬਹੁਤ ਜਲਦੀ ਪੂਰੇ ਕਰ ਦਿੱਤੇ ਜਾਣਗੇ ਚੋਣ ਪ੍ਰਚਾਰ ਵਿੱਚ ਲੱਗੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਅਤੇ ਇਹਨਾਂ ਆਗੂਆਂ ਵੱਲੋਂ ਵੀ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਕਿਹੜੇ-ਕਿਹੜੇ ਉਮੀਦਵਾਰਾਂ 'ਤੇ ਆਪਣਾ ਭਰੋਸਾ ਜਿਤਾਉਂਦੇ ਹੋਏ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ